ਤਰਨਤਾਰਨ ਕੋਰਟ ਕੰਪਲੈਕਸ ਵਿੱਚ ਪੇਸ਼ੀ ਤੇ ਆਇਆ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗੱਡੀ ਤੋਂ ਉਤਾਰਿਆ ਕਿ ਕੋਰਟ ਅੰਦਰ ਲਿਜਾਣ ਦੇ ਲਈ, ਤਾਂ ਮੁਲਜ਼ਮ ਨੂੰ ਬਖਸ਼ੀਨਾਮੇ ਵਿੱਚ ਬੰਦ ਕਰ ਦਿੱਤਾ। ਉਸ ਤੋਂ ਬਾਅਦ ਮੁਲਜ਼ਮ ਦੀ ਆਵਾਜ਼ ਪਈ ਤਾਂ ਉਸਨੂੰ ਕੋਰਟ ਵਿੱਚ ਪੇਸ਼ ਕਰਨ ਲਈ ਪੁਲਿਸ ਮੁਲਾਜ਼ਮ ਲੈ ਕੇ ਜਾ ਰਹੇ ਸੀ, ਤਾਂ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮੁਲਜ਼ਮ ਦੀ ਪਹਿਚਾਣ ਪਰਮਵੀਰ ਕੁਮਾਰ ਵਜੋਂ ਹੋਈ ਹੈ, ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ। ਮੁਲਜ਼ਮ ਉੱਤੇ NDPS ਦਾ ਮਾਮਲਾ ਦਰਜ ਹੈ। ਪੁਲਿਸ ਨੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। DSP ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਕਿਸੇ ਪੁਲਿਸ ਮੁਲਾਜ਼ਮ ਵੱਲੋਂ ਡਿਊਟੀ ਵਿੱਚ ਕੁਤਾਹੀ ਵਰਤੀ ਗਈ ਤਾਂ ਉਹਨਾਂ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ। ਇਹ ਪੇਸ਼ੀ ਆਇਆ ਸੀਗਾ ਜੀ, ਮੁਲਜ਼ਮ �ND ਦੇ ਮੁਕੱਦਮੇ ਦੇ ਵਿੱਚ ਪੇਸ਼ੀ ਆਇਆ, ਐਡੀਸ਼ਨ ਸੈਸ਼ਨ ਜੱਜ ਦੇ ਜੀ, ਅਤੇ ਇੱਥੋਂ ਇਹਨਾਂ ਨੇ ਇੱਥੋਂ ਬੱਗੀਖਾਨੇ 'ਚੋਂ ਲੈ ਕੇ ਜਾ ਰਿਹਾ ਸੀ ਮੁਲਾਜ਼ਮ ਪੇਸ਼ ਕਰਨ ਕੋਰਟ 'ਚ, ਕੋਰਟ ਦੇ ਵਿੱਚੋਂ ਇਹ ਖਿਸਕ ਗਿਆ ਜੀ। ਸਰ ਕੀ ਨਾਮ ਸੀ ਮੁੰਡੇ ਦਾ? ਸੰਦੀਪ ਪਰਮਵੀਰ ਕੁਮਾਰ ਜੀ। ਮੁਲਜ਼ਮ ਐਨ ਡੀ ਦੇ ਮੁਕੱਦਮੇ ਦੇ ਵਿੱਚ ਪੇਸ਼ੀ ਆਇਆ, ਐਡੀਸ਼ਨ ਸੈਸ਼ਨ ਜੱਜ ਦੇ ਜੀ, ਅਤੇ ਇੱਥੋਂ ਇਹਨਾਂ ਨੇ ਇੱਥੋਂ ਬੱਗੀਖਾਨੇ 'ਚੋਂ ਲੈ ਕੇ ਜਾ ਰਿਹਾ ਸੀ ਮੁਲਾਜ਼ਮ ਪੇਸ਼ ਕਰਨ ਕੋਰਟ 'ਚ, ਕੋਰਟ ਦੇ ਵਿੱਚੋਂ ਇਹ ਖਿਸਕ ਗਿਆ ਜੀ। ਕੀ ਨਾਮ ਸੀ ਮੁੰਡੇ ਦਾ? ਸੰਦੀਪ ਪਰਮਵੀਰ ਕੁਮਾਰ ਜੀ। ਐਨ ਡੀ ਦੇ ਪਰਚੇ ਸੀਗੇ ਜੀ ਦਰਜ। ਕਿੱਥੇ ਦਾ ਰਹਿਣ ਵਾਲਾ ਰਾਜਸਥਾਨ ਦਾ ਜੀ, ਰਾਜਸਥਾਨ ਦਾ। ਕਿਹੜੀ, ਕਿੱਥੋਂ ਲਿਆਂਦਾ ਸੀ? ਕਿੱਥੋਂ ਲਿਆਂਦਾ ਸੀ? ਗੋਬਿੰਦਵਾਲ ਜੀ ਇੱਥੋਂ ਲੈ ਕੇ ਆਉਂਦਾ ਸੀ। ਮੁਲਜ਼ਮ ਐਨ ਡੀ ਦੇ ਮੁਕੱਦਮੇ ਦੇ ਵਿੱਚ ਪੇਸ਼ੀ ਆਇਆ, ਐਡੀਸ਼ਨ ਸੈਸ਼ਨ ਜੱਜ ਦੇ ਜੀ, ਅਤੇ ਇੱਥੋਂ ਇਹਨਾਂ ਨੇ ਇੱਥੋਂ ਬੱਗੀਖਾਨੇ 'ਚੋਂ ਲੈ ਕੇ ਜਾ ਰਿਹਾ ਸੀ ਮੁਲਾਜ਼ਮ ਪੇਸ਼ ਕਰਨ ਕੋਰਟ 'ਚ, ਕੋਰਟ ਦੇ ਵਿੱਚੋਂ ਇਹ ਖਿਸਕ ਗਿਆ ਜੀ। ਕੀ ਨਾਮ ਸੀ ਮੁੰਡੇ ਦਾ? ਸੰਦੀਪ ਪਰਮਵੀਰ ਕੁਮਾਰ ਜੀ। ਐਨ ਡੀ ਦੇ ਪਰਚੇ ਸੀਗੇ ਜੀ ਦਰਜ। ਕਿੱਥੇ ਦਾ ਰਹਿਣ ਵਾਲਾ ਸੀ ਸਰ? ਰਹਿਣ ਵਾਲਾ ਰਾਜਸਥਾਨ ਦਾ ਜੀ, ਰਾਜਸਥਾਨ ਦਾ। ਕਿਹੜੀ, ਕਿੱਥੋਂ ਲਿਆਂਦਾ ਸੀ? ਕਿੱਥੋਂ ਲਿਆਂਦਾ ਸੀ? ਗੋਬਿੰਦਵਾਲ ਜੀ ਇੱਥੋਂ ਲੈ ਕੇ ਆਉਂਦਾ ਸੀ। CCTV ਜਾਂ ਕੁਛ ਪੰਗਾ ਲਿਆ ਜਾ ਰਿਹਾ? ਉਹ ਕਰ ਰਿਹਾ ਜੀ, ਕਰ ਰਿਹਾ, ਚੈੱਕ ਕਰ ਰਿਹਾ, CCTV ਕੈਮਰੇ ਚੈੱਕ ਕਰ ਰਿਹਾ। ਕੋਈ ਮੁਲਾਜ਼ਮਾਂ ਦੀ ਲਾਪਰਵਾਹੀ ਸਾਹਮਣੇ ਆਈ ਸੀ ਸਰ? ਕਰ ਰਹੇ ਹਾਂ ਜੀ, ਵੈਰੀਫਾਈ ਸਾਰਾ ਕਰ ਰਹੇ ਹਾਂ, ਵੈਰੀਫਾਈ ਕਰਕੇ ਜੋ ਆਇਆ ਤਾਂ ਉਹਦੇ ਖਿਲਾਫ਼ ਤਾਂ ਕਾਰਵਾਈ ਹੋਣੀ ਹੈ, ਆਪਾਂ ਕਰਾਂਗੇ ਕਾਰਵਾਈ। ਓਕੇ ਸਰ, ਥੈਂਕ ਯੂ। ਇਹ ਪੇਸ਼ੀ ਆਇਆ ਸੀਗਾ ਜੀ, ਮੁਲਜ਼ਮ ਐਨ ਡੀ ਦੇ ਮੁਕੱਦਮੇ ਦੇ ਵਿੱਚ ਪੇਸ਼ੀ ਆਇਆ, ਐਡੀਸ਼ਨ ਸੈਸ਼ਨ ਜੱਜ ਦੇ ਜੀ, ਅਤੇ ਇੱਥੋਂ ਇਹਨਾਂ ਨੇ ਇੱਥੋਂ ਬੱਗੀਖਾਨੇ 'ਚੋਂ ਲੈ ਕੇ ਜਾ ਰਿਹਾ ਸੀ ਮੁਲਾਜ਼ਮ ਪੇਸ਼ ਕਰਨ ਕੋਰਟ 'ਚ, ਕੋਰਟ ਦੇ ਵਿੱਚੋਂ ਇਹ ਖਿਸਕ ਗਿਆ ਜੀ। ਕੀ ਨਾਮ ਸੀ ਮੁੰਡੇ ਦਾ? ਸੰਦੀਪ ਪਰਮਵੀਰ ਕੁਮਾਰ ਜੀ। ਕਰ ਰਹੇ ਹਾਂ ਜੀ, ਵੈਰੀਫਾਈ ਸਾਰਾ ਕਰ ਰਹੇ ਹਾਂ, ਵੈਰੀਫਾਈ ਕਰਕੇ ਜੋ ਆਇਆ ਤਾਂ ਉਹਦੇ ਖਿਲਾਫ਼ ਤਾਂ ਕਾਰਵਾਈ ਹੋਣੀ ਹੈ, ਕਰਾਂਗੇ ਕਾਰਵਾਈ। ਓਕੇ ਸਰ, ਥੈਂਕ ਯੂ।